ਏਕਮਜੀਤ ਸਿੰਘ ਜੀ ਨੂੰ ਮਸਕੂਲਰ ਡਿਸਟ੍ਰੋਫੀ ਹੈ, ਇਹ ਇੱਕ ਇੱਦਾਂ ਦੀ ਲਾਇਲਾਜ ਬਿਮਾਰੀ ਹੈ ਜਿਸ ਦਾ ਦੁਨੀਆ ਦੇ ਪਰ ਇਲਾਜ ਨਹੀਂ ਆਇਆ। ਇਹਦਾ ਜੋ ਕੈਰੀਅਰ ਹੁੰਦੀ ਹੈ ਫੀਮੇਲ ਹੁੰਦੀ ਹੈ। ਸੋ ਅਸੰਗਤ ਨੂੰ ਅਪੀਲ ਰਹਿੰਦੀ ਹੈ, ਜ਼ਰੂਰ ਵੀਡੀਓ ਸ਼ੇਅਰ ਕਰਦੇ ਰਹੇ, ਕਿਉਂਕਿ ਏਕਮਜੀਤ ਵਰਗੇ ਬਹੁਤ ਸਾਰੇ ਵੀਰ ਭੈਣ ਪਿੰਡਾਂ ਪਿੰਡਾਂ 'ਚ ਵਿੱਚ, ਸ਼ਹਿਰਾਂ ਸ਼ਹਿਰਾਂ ਦੇ ਵਿੱਚ, ਘਰਾਂ ਦੇ ਵਿੱਚ ਬੰਦ ਪਏ ਹੈ। ਉਹਨਾਂ ਨੇ ਅਤੇ ਬਾਕੀ ਸੰਗਤ ਰੂਪ ਨੇ ਇਕੱਠੇ ਹੋ ਕੇ ਇਸਦੇ ਲਈ ਮਾਇਆ ਭੇਜੀ ਸੀ, ਇਲੈਕਟ੍ਰਿਕ ਵੀਲਚੇਅਰ ਦੀ, ਹੈ ਨਾ, ਅਤੇ ਉਹ ਦੇਣ ਆਏ ਹਨ। ਇਹਨਾਂ ਨੂੰ ਸੇਵਾ ਔਰ ਸਹਿਯੋਗ ਦੀ ਲੋੜ ਹੈ ਨਾ, ਕੋਈ ਅਹਿਸਾਨ ਨਹੀਂ ਕਰ ਰਹੇ ਉੱਪਰ, ਇਹ ਸਾਡਾ ਸਮਾਜਿਕ ਫਰਜ਼ ਬਣਦਾ ਹੈ। ਤੁਹਾਡੇ ਤੋਂ ਗੁਜ਼ਾਰਿਸ਼ ਹੈ ਦੀ ਇਹ ਵੀਡੀਓ ਸ਼ੇਅਰ ਕਰਨੇ ਤੁਹਾਡੇ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਵੀਰ, ਸਪੈਸ਼ਲੀ ਫੀਮੇਲ ਦੀ ਗੱਲ ਕਰੀਏ, ਭੈਣਾਂ ਪਿੰਡਾਂ ਪਿੰਡਾਂ 'ਚ, ਸ਼ਹਿਰਾਂ ਸ਼ਹਿਰਾਂ 'ਚ ਬੈਠੀਆਂ, ਉਹਨਾਂ ਨੂੰ ਲੋੜ ਆ ਸੇਵਾ ਦੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਮੱਤਾ, ਜ਼ਿਲ੍ਹਾ ਫਰੀਦਕੋਟ ਖੜ੍ਹੇ ਹਾਂ। ਜ਼ਰੂਰ ਦੱਸਾਂਗੇ ਕਿਉਂ ਖੜ੍ਹੇ ਹਾਂ ਨਾ, ਪਰ ਤੁਹਾਡੇ ਸਹਿਯੋਗ ਦੀ ਲੋੜ ਹੈ, ਕਿਉਂਕਿ ਅਸੀਂ ਔਰ ਤੁਸੀਂ ਇੱਕ ਔਨਲਾਈਨ ਟੀਮ ਦੀ ਤਰ੍ਹਾਂ ਕੰਮ ਕਰਦੇ ਹਾਂ। ਤੁਹਾਡੇ ਵੀਡੀਓ ਸ਼ੇਅਰ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਏਕਮਜੀਤ ਸਿੰਘ ਜੀ ਨੂੰ ਮਸਕੂਲਰ ਡਿਸਟ੍ਰੋਫੀ ਹੈ। ਹੁਣ ਬਹੁਤ ਸਾਰੇ ਲੋਕਾਂ ਨੂੰ ਮਸਕੂਲਰ ਡਿਸਟ੍ਰੋਫੀ ਦਾ ਨਹੀਂ ਪਤਾ ਹੋਏਗਾ, ਤੁਹਾਨੂੰ ਕਿਹਾ, ਮੈਕਸੀਮਮ ਲੋਕਾਂ ਨੂੰ ਨਹੀਂ ਪਤਾ ਹੁੰਦਾ, ਪਰ ਜੇ ਤੁਸੀਂ ਵੀਡੀਓ ਸ਼ੇਅਰ ਕਰੋਗੇ ਤਾਂ ਅਵੇਅਰਨੈਸ ਫੈਲੇਗੀ, ਜਾਗਰੂਕਤਾ ਫੈਲੇਗੀ, ਇਹ ਬਹੁਤ ਜ਼ਰੂਰੀ ਹੈ। ਮਸਕੂਲਰ ਡਿਸਟ੍ਰੋਫੀ ਕਿਆ ਹੁੰਦਾ ਹੈ ਤੁਸੀਂ ਗੂਗਲ ਕਰਕੇ ਜ਼ਰੂਰ ਦੇਖਿਓ। ਇਹ ਇੱਕ ਇੱਦਾਂ ਦੀ ਲਾਇਲਾਜ ਬਿਮਾਰੀ ਹੈ ਜਿਸ ਦਾ ਦੁਨੀਆ ਦੇ ਪਰ ਇਲਾਜ ਨਹੀਂ ਆਇਆ। ਇਹਦਾ ਜੋ ਕੈਰੀਅਰ ਹੁੰਦੀ ਹੈ ਫੀਮੇਲ ਹੁੰਦੀ ਹੈ। ਇਸ ਤਰ੍ਹਾਂ ਦੀ ਬਹੁਤ ਸਾਰੀ ਜਾਣਕਾਰੀਆਂ ਤੁਸੀਂ ਗੂਗਲ ਕਰ ਸਕਦੇ ਹੋ। ਫਿਲਹਾਲ ਇੱਥੇ ਕਿਉਂ ਖੜ੍ਹੇ ਹਾਂ ਪਿੰਡ ਮੱਤਾ, ਕਿਉਂਕਿ ਏਕਮਜੀਤ ਸਿੰਘ ਨੂੰ ਮਸਕੂਲਰ ਡਿਸਟ੍ਰੋਫੀ ਆ, ਔਰ ਇਹਨਾਂ ਦੇ ਲਈ ਭੈਣ ਜੀ ਨੇ ਆਸਟ੍ਰੇਲੀਆ ਤੋਂ ਆਏ ਸੀ, ਵੀਰ ਜੀ ਲੈ ਕੇ ਗਏ ਸੀਗੇ ਵੀਰ ਨੂੰ, ਛੋਟੇ ਵੀਰ ਨੂੰ ਲੁਧਿਆਣੇ, ਹੈ ਨਾ। ਦੇਖੋ ਇਹ ਇੱਕ ਬਹੁਤ ਵੱਡੀ ਸੇਵਾ, ਇਹਦੇ ਲਈ ਟਾਈਮ ਦੀ ਇਨਵੈਸਟਮੈਂਟ ਕਰਨੀ ਪੈਂਦੀ ਹੈ, ਟਾਈਮ ਅੱਜ ਕੱਲ੍ਹ ਕੋਈ ਨਹੀਂ ਦਿੰਦਾ। ਇਹਦੇ ਲਈ ਅਕਾਲ ਪੁਰਖ ਦੀ ਨਾ ਮਿਹਰ ਬੜੀ ਜ਼ਰੂਰੀ ਹੈ, ਹੈ ਨਾ। ਉਸ ਅਕਾਲ ਪੁਰਖ ਦਾ ਸਹਾਰਾ ਬਹੁਤ ਜ਼ਰੂਰੀ ਹੈ, ਉਹਦੇ ਵਿੱਚ ਵਿਸ਼ਵਾਸ ਬਹੁਤ ਜ਼ਰੂਰੀ ਹੈ, ਤਾਂ ਜਾ ਕੇ ਇਹ ਸੇਵਾ ਦੇ ਵਿੱਚ ਬਲ ਮਿਲਦਾ ਨਾ। ਸੋ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ, ਮਾਮਾ ਜੀ ਪਿੱਛੇ ਖੜ੍ਹੇ, ਨਾਲ ਗਏ ਸੀ, ਬਹੁਤ ਬਹੁਤ ਸਹਿਯੋਗ ਹੈ ਇਹਨਾਂ ਦਾ। ਭੈਣ ਉਹਨਾਂ ਨੇ ਅਤੇ ਬਾਕੀ ਸੰਗਤ ਰੂਪ ਨੇ ਇਕੱਠੇ ਹੋ ਕੇ ਇਸਦੇ ਲਈ ਮਾਇਆ ਭੇਜੀ ਸੀ, ਇਲੈਕਟ੍ਰਿਕ ਵੀਲਚੇਅਰ ਦੀ, ਹੈ ਨਾ, ਅਤੇ ਉਹ ਦੇਣ ਆਏ ਹਨ। ਅਤੇ ਸਾਡਾ ਸਿਰਫ ਚਿਹਰਾ ਹੀ ਹੁੰਦਾ ਜੋ ਅਸੀਂ ਹਮੇਸ਼ਾ ਦੱਸਦੇ ਹਾਂ, ਅਤੇ ਜੋ ਮਾਇਆ ਇਕੱਠੀ ਕੀਤੀ ਗਈ ਸੀ ਉਸਦੇ ਵਿੱਚੋਂ 5000 ਰੁਪੀਜ਼ ਬਚੇ ਸੀਗੇ, ਅਤੇ ਏਕਮਜੀਤ ਦੇ ਨਾਮ ਦਾ ਚੈੱਕ ਇਸ਼ੂ ਕਰਕੇ ਜਾ ਰਹੇ। ਇਹਨਾਂ ਦੇ ਫਾਦਰ ਦੇ ਨਾਲ ਇੱਕ ਸਾਂਝਾ ਖਾਤਾ ਹੈ, ਇਹਨਾਂ ਦੇ ਨਾਲ ਫਾਦਰ ਸਾਹਿਬ ਇਹ ਲਗਾ ਦਿਓ ਇਹਦੇ ਖਾਤੇ ਦੇ ਵਿੱਚ, ਔਰ ਪੈਸੇ ਆ ਜਾਣਗੇ 2-3 ਦਿਨ ਦੇ ਵਿੱਚ, ਹੈ ਨਾ। ਸੋ ਅਸੰਗਤ ਨੂੰ ਅਪੀਲ ਰਹਿੰਦੀ ਹੈ, ਜ਼ਰੂਰ ਵੀਡੀਓ ਸ਼ੇਅਰ ਕਰਦੇ ਰਹੇ, ਕਿਉਂਕਿ ਏਕਮਜੀਤ ਵਰਗੇ ਬਹੁਤ ਸਾਰੇ ਵੀਰ ਭੈਣ ਪਿੰਡਾਂ ਪਿੰਡਾਂ 'ਚ ਵਿੱਚ, ਸ਼ਹਿਰਾਂ ਸ਼ਹਿਰਾਂ ਦੇ ਵਿੱਚ, ਘਰਾਂ ਦੇ ਵਿੱਚ ਬੰਦ ਪਏ ਹੈ। ਇਹਨਾਂ ਨੂੰ ਸੇਵਾ ਔਰ ਸਹਿਯੋਗ ਦੀ ਲੋੜ ਹੈ ਨਾ, ਕੋਈ ਅਹਿਸਾਨ ਨਹੀਂ ਕਰ ਰਹੇ ਉੱਪਰ, ਇਹ ਸਾਡਾ ਸਮਾਜਿਕ ਫਰਜ਼ ਬਣਦਾ ਹੈ, ਇਹ ਬਹੁਤ ਜ਼ਰੂਰੀ ਹੈ। ਸਾਡੀ ਸੋਸ਼ਲ ਰਿਸਪੋਂਸੀਬਿਲਟੀ ਬਣਦੀ ਹੀ ਬਣਦੀ ਹੈ, ਜੋ ਲੈਸ ਪ੍ਰਿਵਿਲੇਜ ਨੇ, ਜਿਨ੍ਹਾਂ ਨੂੰ ਲੋੜ ਹੈ, ਉਹਨਾਂ ਨੂੰ ਮੋਢਾ ਲਾਉਣ ਦੀ, ਹੈ ਨਾ। ਗੁਰੂ ਸਾਹਿਬ ਨੇ ਤੁਹਾਨੂੰ ਦਸਵੰਧ ਕੱਢਣਾ ਸਿਖਾਇਆ, ਦੋਸਤੋ ਬੜੇ ਖੁਸ਼ਕਿਸਮਤ ਹੈ ਜੋ ਕੱਢ ਪਾ ਰਹੇ ਹਾਂ, ਬਲ ਬਖਸ਼ਿਆ ਹੋਇਆ ਨਾ। ਮਾਮਾ ਜੀ ਹੁਣੇ ਦੱਸ ਰਹੇ ਸੀਗੇ ਕਿ ਪਿੰਡ ਦੇ ਵਿੱਚ ਇੱਕ ਹੋਰ ਵੀ ਹੈਗਾ। ਹਾਂ ਦੇਖੋ ਗੱਲ ਹੋਈ ਨਾ, ਗੱਲ ਅੱਗੇ ਤੁਰੀ ਨਾ, ਸਪਾਈਨਲ ਕੋਰਡ ਇੰਜਰਡ ਹੈ, ਕਿਉਂਕਿ ਲੱਖ ਤੋਂ ਥੱਲੇ ਹਿੱਸਾ ਨਹੀਂ ਚੱਲ ਰਿਹਾ। ਅੱਗੇ ਗੱਲ ਤੁਰੀ ਤਾਂ ਪਿੰਡ ਦੇ ਵਿੱਚ ਕਈ ਸਾਲ ਤੋਂ ਬੰਦ ਹੋ, 15 ਸਾਲ ਤੋਂ ਬੰਦ ਹੈ। ਉਮਰ ਦੇ ਦੋ ਦੌਰ ਨਿਕਲ ਜਾਂਦੇ ਆ, 15 ਸਾਲ ਇੱਥੇ 15 ਦਿਨ ਨਹੀਂ ਬੈੱਡ 'ਤੇ ਪਿਆ ਹੁੰਦਾ। ਤਾਂ ਹੀ ਕਹਿ ਰਿਹਾ ਵੀਡੀਓ ਜ਼ਰੂਰ ਸ਼ੇਅਰ ਕਰੋ, ਤੁਹਾਡੇ ਸ਼ੇਅਰ ਕੀਤੇ ਹੋਏ ਵੀਡੀਓ ਜੀ ਏਕਮਜੀਤ ਦੇ ਪਰਿਵਾਰ ਕੋਲ ਪਹੁੰਚੇ, ਬਲਕਰਨ ਵੀਰ ਕੋਲ ਪਹੁੰਚੇ ਸਾਰੇ, ਤਾਂ ਹੀ ਟੀਮ ਫੋਰਮ ਹੋ ਪਾਉਂਦੀ ਹੈ। ਅਤੇ
ਮੈਨੂੰ ਗੱਲ ਦੱਸੋ, ਤੁਸੀਂ ਦੱਸ ਰਹੇ ਸੀਗੇ ਕਿ ਪੋਲੀਟੀਕਲ ਲੋਕ, ਰਾਜਨੀਤਿਕ ਲੋਕ ਵੀ ਆਏ ਸੀ ਕਾਫੀ ਸਾਰੇ, ਉਹਨਾਂ ਨੇ ਫੋਟੋਆਂ ਖਿੱਚੀਆਂ, ਖਿੱਚ ਕੇ ਬਸ ਕੱਲਾ ਫੇਮ ਲੈ ਕੇ ਤੁਰ ਗਏ ਜੀ, ਕੱਲਾ ਆਪਦਾ ਫੇਮ ਲੈ ਕੇ ਤੁਰ ਗਏ, ਹੋਰ ਉਹਨਾਂ ਨੂੰ ਕੋਈ ਸਹੂਲਤ, ਬੱਚੇ ਨੂੰ ਕੋਈ ਸਹੂਲਤ ਨਹੀਂ ਦਿੱਤੀ, ਕੋਈ ਨਹੀਂ ਦਿੱਤੀ ਆ, ਹੋਰ ਅਸੀਂ ਕੈਂਪ ਤੇ ਵੀ ਲੈ ਗਏ, ਰੈੱਡ ਕ੍ਰੋਸ ਦੀ ਗੱਲ ਕਰਦੇ ਆ, ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਜਿਸਦਾ ਹੈੱਡ ਆਫ ਦਾ ਸਟੇਟ ਯਾਨੀ ਕਿ ਪ੍ਰੈਜੀਡੈਂਟ ਆਫ ਇੰਡੀਆ ਇੰਡੀਆ ਦੇ ਵਿੱਚ ਪ੍ਰਧਾਨ ਹੋਏਗਾ, ਗਵਰਨਰ ਸਟੇਟ ਦੇ ਵਿੱਚ ਹੋਏਗਾ, ਔਰ ਜ਼ਿਲ੍ਹਾ ਪੱਧਰ 'ਤੇ ਡੀ ਸੀ ਹੁੰਦਾ, ਇਹ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਹੈ, ਔਰ ਵੀਲਚੇਅਰ ਦੇ ਨਾਮ 'ਤੇ ਲੋਹੇ ਦੀ ਵੀਲਚੇਅਰਾਂ ਮਿਲਦੀਆਂ, ਇਲੈਕਟ੍ਰੋਨਿਕ ਵੀਲਚੇਅਰ ਤਾਂ ਗੱਲ ਛੱਡੋ, ਸਪਾਈਨਲ ਕੋਡ ਇੰਜਰਡ ਵੀਲ ਐਕਟਿਵ ਵੀਲਚੇਅਰ ਜੋ 16-18 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ ਉਹ ਤੱਕ ਨਹੀਂ ਦਿੱਤੀ ਜਾਂਦੀ, ਇਹ ਦੁਨੀਆ ਦੀ ਨੰਬਰ 1 5 ਸਟਾਰ ਸੰਸਥਾ ਹੈ। ਆਪਣੇ ਪਿੰਡ ਦੇ ਵਿੱਚ ਵੀ ਲੱਗਿਆ ਸੀਗਾ ਜੀ, ਇੱਥੇ ਪਿੰਡ ਦੇ ਵਿੱਚ ਵੀ ਲੱਗਿਆ ਸੀ, ਉਦੋਂ ਵੀ ਇਹ ਸਾਰਾ ਕੰਟੈਕਟ ਲੈ ਗਿਆ ਪਿੰਡ ਦਾ, ਉਦੋਂ ਉਹ ਵੀ ਕੁਛ ਨਹੀਂ ਮਿਲਿਆ। ਨੀਅਰ ਅਬਾਊਟ 10 ਤੋਂ 12 ਸੰਸਥਾ ਲੈ ਕੇ ਗਏ ਹੈ ਜੀ, ਪਰ ਸੰਯੋਗ ਇੱਕ ਕੰਨੀ ਹੋ ਗਈ, ਕਿਸੇ ਨੇ ਜੀ ਲੋਹੇ ਦੀ ਵੀਲਚੇਅਰ ਵੀ ਦਿੱਤੀ, ਲੋਹੇ ਦੀ ਵੀਲਚੇਅਰ ਵੀ, ਲੋਹੇ ਦੀ ਵੀਲਚੇਅਰ ਵੀ, ਅਸੀਂ ਅਪਲਾਈ ਸਹੀ ਇਹੀ ਕੀਤਾ ਸੀ ਵੀ ਇਹਨੂੰ ਦੂਜੀ ਆਪਣਾ ਆਮ ਮਿਲ ਜਾਵੇ ਵੀਲਚੇਅਰ, ਸਿੰਪਲ ਵੀਲਚੇਅਰ ਵਾਸਤੇ ਜਿਹੜੀ 3500-4000 ਦੀ ਆਉਂਦੀ ਹੈ ਜੀ, ਇਹਦਾ ਉਹ ਭੈਣ ਦਾ ਧੰਨਵਾਦ ਹੈ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਤੇ ਬੱਚੇ ਦੀ ਮਦਦ ਕੀਤੀ। ਸ਼ੁਕਰ ਹੈ ਭੈਣ ਜੀ, ਸੰਗਤ ਰੂਪ ਦੇ ਵਿੱਚ ਸਾਰਿਆਂ ਨੂੰ ਬਲ ਬਖਸ਼ਿਆ, ਅਕਾਲ ਪੁਰਖ ਦਾ ਬਹੁਤ ਬਹੁਤ ਧੰਨਵਾਦ ਹੈ, ਉਹਦੇ ਓਟ ਆਸਰੇ ਦੇ ਵਿੱਚ ਰਹਿ ਕੇ ਸਾਰੀ ਸੇਵਾਵਾਂ ਚੱਲਦੀ ਹੈ, ਸੰਗਤ ਰੂਪ ਦੇ ਵਿੱਚ ਚੱਲਦੀ ਹੈ, ਤੁਹਾਡੇ ਤੋਂ ਗੁਜ਼ਾਰਿਸ਼ ਹੈ ਦੀ ਹੈ ਵੀਡੀਓ ਸ਼ੇਅਰ ਕਰਨੇ ਤੁਹਾਡੇ ਬਹੁਤ ਜ਼ਰੂਰੀ ਹੈ, ਬਹੁਤ ਸਾਰੇ ਵੀਰ ਸਪੈਸ਼ਲੀ ਫੀਮੇਲ ਦੀ ਗੱਲ ਕਰੀਏ, ਭੈਣਾਂ ਪਿੰਡਾਂ ਪਿੰਡਾਂ 'ਚ ਸ਼ਹਿਰਾਂ ਸ਼ਹਿਰਾਂ 'ਚ ਬੈਠੀ, ਉਹਨਾਂ ਨੂੰ ਲੋੜ ਹੈ ਸੇਵਾ ਦੀ, ਬਟ ਉਹਨਾਂ ਤੱਕ ਪਹੁੰਚ ਤਾਂ ਕਰਨੀ ਪਏਗੀ ਨਾ, ਔਨਲਾਈਨ ਜੇ ਤੁਸੀਂ ਵੀਡੀਓ ਪਹੁੰਚਾਓਗੇ ਤਾਂ ਹੀ ਅੱਗੇ ਤੋਂ ਅੱਗੇ ਸਾਨੂੰ ਫੋਨ ਆ ਪਾਉਂਦੇ ਨੇ, ਫਿਰ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਸੇਵਾ ਦੇ ਵਿੱਚ ਸਹਿਯੋਗ ਕਰ ਪਾਉਂਦੇ ਹਾਂ।